लिबरल टीवी लोकां दी आवाज लोकां ले। तुसी देख रहे हो लिबरल टीवी पंजाबी लोकां दी आवाज लोकां ले। ते मैं हां तुहाडे नाल मनप्रीत कौर सिंधा। सो खबर लैके रूबरू होया खबर चंडीगढ़ तों है। तुहानू दस दईए कि चंडीगढ़ दे सैक्टर 34 जिस दे विच एक्सिस बैंक दे विच तैनात सिक्योरिटी गार्ड बैंक दे विचों करीब 4.5 करोड़ रुपए लेके फरार हो गया। जी हाँ, जिस तरीके दे नाल हुण लोकां दे वल्लों बेखौफ हो के अजिहियां वारदातां नूं अंजाम दिता जांदा है, कतल कर दिते जांदे ने, चोरियां कीतियां जांदियां ने ते सीसीटीवी दे विच तस्वीरां कैद भी हो जांदियां ने, पर लोकां दे वल्लों बेखौफ हो के अजिहियां वारदातां नूं अंजाम दिता जा रहा है। अजिहा लग रहा है कि लोकां दे मनां दे विचों कानून दा पुलिस का डर खत्म होता जा रहा है। सो ताज़ा मामला तुहानू दस दईए कि चंडीगढ़ के सैक्टर 34 का है जिथे एक्सिस बैंक के तैनात सिक्योरिटी गार्ड बैंक के करीब 4.5 करोड़ रुपए लेके फरार हो गया है। सारी वारदात बैंक की सीसीटीवी फुटेज के कैद हो जाती है। दस दईए कि सिक्योरिटी गार्ड का नाम सुनील है, जो तुहानू दस दईए कि बैंक के अंदर बार बार आ रहा है, रात का समा सी ते पैसे जिहड़े अपनी जेब दे विच लुका के बाहर दे वल जा रहा सी। सूत्रां दे हवाले तो पता लग्या है कि वह बैंक दे विचों पैसे लैके बाहर अपने साथी नूं दे रहा सी ते उसका साथी जिहड़ा गड्डी दे विच किसे वाहन दे विच उह पैसे जिहड़े इकट्ठे कर रहा सी। हैरानी दी गल है कि बैंक दी सुरक्षा दे विच पंजाब पुलिस दे कुछ कर्मचारी भी तैनात सन, पर उहनां नूं इस वारदात दी भणक तक नहीं लगी। ਵੱਡਾ ਸਵਾਲ ਖੜਾ ਹੁੰਦਾ ਕਾਨੂੰਨ ਦੇ ਉੱਤੇ ਵੀ ਤੇ ਹਲੇ ਤੱਕ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਕੋਈ ਵੀ ਸੁਰਾਗ ਹੱਥ ਨਹੀਂ ਲੱਗਾ। ਪੁਲਿਸ ਦੇ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਸ਼ਨੀਚਰਵਾਰ ਰਾਤ ਬੈਂਕ ਦੇ ਸਿਕਿਉਰਿਟੀ ਗਾਰਡ ਸੁਨੀਲ ਦੇ ਨਾਲ ਪੰਜਾਬ ਪੁਲਿਸ ਦੇ 3 ਕਰਮਚਾਰੀ ਡਿਊਟੀ ਤੇ ਸਨ ਤੇ ਰਾਤ ਕਰੀਬ 3 ਵਜੇ ਦੇ ਸੁਨੀਲ ਅਚਾਨਕ ਗਾਇਬ ਹੋ ਜਾਂਦਾ ਤੇ ਕਾਫੀ ਦੇਰ ਤੋਂ ਬਾਅਦ ਪੰਜਾਬ ਪੁਲਿਸ ਨੂੰ ਜਦੋਂ ਪਤਾ ਲੱਗਦਾ ਤਾਂ ਬੈਂਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਂਦਾ ਤੇ ਇਸ ਗੱਲ ਦੀ ਜਾਣਕਾਰੀ ਜਦੋਂ ਦਿੱਤੀ ਜਾਂਦੀ ਹੈ ਤੇ ਉਦੋਂ ਹੀ ਬੈਂਕ ਦੇ ਅਧਿਕਾਰੀਆਂ ਦੇ ਵੱਲੋਂ ਉੱਥੇ ਪਹੁੰਚ ਕੇ ਸੀਸੀਟੀਵੀ ਫੁਟੇਜ ਨੂੰ ਜਿਹੜਾ ਖੰਗਾਲਿਆ ਜਾਂਦਾ ਤਾਂ ਉਸ ਦੇ ਵਿੱਚ ਦੇਖਿਆ ਜਾਂਦਾ ਕਿ ਸਿਕਿਉਰਿਟੀ ਗਾਰਡ ਜਿਹੜਾ ਉਹ ਬਾਹਰ ਬਾਰ ਬਾਰ ਅੰਦਰ ਆਉਂਦਾ, ਪੈਸੇ ਜਿਹੜੇ ਆਪਣੀ ਜੇਬ ਦੇ ਵਿੱਚ ਪਾ ਕੇ ਬਾਹਰ ਲੈ ਕੇ ਜਾਂਦਾ ਤੇ ਜਿੱਥੋਂ ਪਤਾ ਲੱਗਦਾ ਕਿ ਸਿਕਿਉਰਿਟੀ ਗਾਰਡ ਦੇ ਵੱਲੋਂ ਹੀ 4.5 ਕਰੋੜ ਦੇ ਕਰੀਬ ਰਕਮ ਲੁੱਟੀ ਗਈ ਹੈ ਤੇ ਰਕਮ ਲੁੱਟ ਕੇ ਉਹ ਮੌਕੇ ਤੋਂ ਫਰਾਰ ਹੋ ਗਿਆ। ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਹੈ, ਸੁਨੀਲ ਜਿਸ ਦੇ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸਦੀ ਛਾਪੇਮਾਰੀ ਕੀਤੀ ਜਾ ਰਹੀ ਹੈ, ਉਸਦੀ ਭਾਲ ਕੀਤੀ ਜਾ ਰਹੀ ਹੈ ਤੇ ਉਸਦੇ ਮੋਬਾਈਲ ਨੰਬਰ ਨੂੰ ਲੈ ਕੇ ਉਸਦੀ ਲੋਕੇਸ਼ਨ ਨੂੰ ਵੀ ਟਰੇਸ ਕੀਤਾ ਜਾ ਰਿਹਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਉਸਦੇ ਤੱਕ ਕਾਨੂੰਨ ਦੇ ਹੱਥ ਜਿਹੜੇ ਪਹੁੰਚ ਸਕਣ। ਸੋ ਵੱਡੀ ਖਬਰ ਹੈ ਕਿ ਚੰਡੀਗੜ੍ਹ ਦੇ ਸੈਕਟਰ 34 ਜਿੱਥੇ ਪੂਰੀ ਸਿਕਿਉਰਿਟੀ ਹੁੰਦੀ ਹੈ, ਤੁਹਾਨੂੰ ਦੱਸ ਦਈਏ ਕਿ ਐਕਸਿਸ ਬੈਂਕ ਦੇ ਵਿੱਚ ਤੈਨਾਤ ਸਿਕਿਉਰਿਟੀ ਗਾਰਡ ਬੈਂਕ ਦੇ ਵਿੱਚੋਂ ਕਰੀਬ 4.5 ਕਰੋੜ ਰੁਪਏ ਲੈ ਕੇ ਜਿਹੜਾ ਫਰਾਰ ਹੋ ਗਿਆ ਤੇ ਇਸ ਗੱਲ ਦੀ ਭਨਕ ਤੱਕ ਪੁਲਿਸ ਮੁਲਾਜ਼ਮਾਂ ਨੂੰ ਵੀ ਨਹੀਂ ਲੱਗੀ ਜਦੋਂ ਕਿ ਉੱਥੇ ਮੌਕੇ ਤੇ ਜਿਹੜੇ ਕਿ ਉਹ ਮੌਜੂਦ ਸਨ। ਸੋ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰੀ ਘਟਨਾ ਜਿਹੜੀ ਕੈਦ ਹੋ ਜਾਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਸਿਕਿਉਰਿਟੀ ਗਾਰਡ ਜੋ ਸੁਨੀਲ ਹੈ ਉਸਦੇ ਵੱਲੋਂ ਬੈਂਕ ਦੇ ਅੰਦਰ ਜਾ ਕੇ ਸਾਰੇ ਪੈਸੇ ਲੁੱਟੇ ਜਾਂਦੇ ਨੇ ਤੇ ਉਸਦੇ ਹੁਣ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਬੈਂਕ ਦੇ ਵਿੱਚੋਂ ਪੈਸੇ ਲੈ ਕੇ ਉਹ ਆਪਣੇ ਸਾਥੀ ਨੂੰ ਦੇ ਰਿਹਾ ਸੀ ਤੇ ਉਸ ਤੋਂ ਬਾਅਦ ਉਹ ਫਰਾਰ ਹੋ ਗਿਆ। ਸੋ ਪੁਲਿਸ ਇਸ ਮਾਮਲੇ ਨੂੰ ਲੈ ਕੇ ਹੁਣ ਬਾਰੀਕੀ ਦੇ ਨਾਲ ਜਾਂਚ ਕਰ ਰਹੀ ਹੈ। ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਸੁਨੀਲ ਦੀ ਭਾਲ ਕੀਤੀ ਜਾ ਰਹੀ ਹੈ, ਥਾਂ ਥਾਂ ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਤੇ ਆਲੇ ਦੁਆਲੇ ਦੀਆਂ ਸੀਸੀਟੀਵੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਤੇ ਇੱਥੋਂ ਤੱਕ ਕਿ ਸੁਨੀਲ ਦਾ ਜਿਹੜਾ ਮੋਬਾਈਲ ਨੰਬਰ ਹੈ ਉਸ ਨੂੰ ਲੈ ਕੇ ਉਸਦੀ ਲੋਕੇਸ਼ਨ ਨੂੰ ਵੀ ਟਰੇਸ ਕੀਤਾ ਜਾ ਰਿਹਾ ਹੈ। ਸੋ ਵੱਡੀ ਸਵਾਲ ਖੜਾ ਹੁੰਦਾ ਇਹ ਕਿ ਜਿਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਪੁਲਿਸ ਦੇ ਮੁਲਾਜ਼ਮ ਵੀ ਉੱਥੇ ਤਾਇਨਾਤ ਸਨ ਤੇ ਉਹਨਾਂ ਦੀ ਦੇਖਰੇਖ ਦੇ ਵਿੱਚ ਜਿਹੜਾ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸਿਕਿਉਰਿਟੀ ਗਾਰਡ ਦੇ ਵੱਲੋਂ, ਕਾਨੂੰਨ ਦੇ ਉੱਤੇ ਵੀ ਸਵਾਲ ਖੜੇ ਹੁੰਦੇ ਨੇ ਉਹਨਾਂ ਦੀ ਸੁਰੱਖਿਆ ਦੇ ਉੱਤੇ। ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਹੁਣ ਪੰਜਾਬ ਦੇ ਵਿੱਚ ਅਸੀਂ ਗੱਲ ਕਰ ਲਈਏ ਜਾਂ ਚੰਡੀਗੜ੍ਹ ਦੀ ਗੱਲ ਕਰ ਲਈਏ, ਪੂਰੇ ਅਸੀਂ ਭਾਰਤ ਦੀ ਗੱਲ ਕਰੀਏ, ਜਿਸ ਤਰੀਕੇ ਦੇ ਨਾਲ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ, ਅਜਿਹਾ ਲੱਗ ਰਿਹਾ ਕਿ ਲੋਕਾਂ ਦੇ ਮਨਾਂ ਦੇ ਵਿੱਚੋਂ ਕਾਨੂੰਨ ਦਾ ਡਰ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ। ਸੋ ਅਜਿਹੀਆਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਲਿਬਰਲ ਟੀਵੀ ਪੰਜਾਬੀ ਦੇ ਨਾਲ, ਲੋਕਾਂ ਦੀ ਆਵਾਜ਼ ਲੋਕਾਂ ਲਈ। ਲਿਬਰਲ ਟੀਵੀ ਪੰਜਾਬੀ।